चीज नवी आई भी है ता बस तरपालियां दी जां सिलरां दी मतलब लोड पूरी दोनों चीजां दी पूरी कर दे एक थोड़ा नरमा घट तोड़ दे लो भी मित्रों थोड़े सामने एक नवा इंप्लीमेंट है, सीलर भी है ते तरपालियां भी है, दोनों काम करूगा। पांच हल लगे हुए है भाई नवे लेके आए। लास्ट सीलर जो आप नरमे दे मारते हैं ना उदो सीलर तोड़ते बहुत है, तो ये चीज़ है ये बहुत कामयाब रही है। इस बारी बाई का जो सीजन का तजर्बा है वह भी शेयर करेंगे, बहुत कामयाब है। बाई ने कर दें गलबात सारी ए टू जेड जानकारी ये बारे आप गलबात करें। हाँ जी, की हाल बाई जी? सत श्री अकाल। अपना नाम ते पिंड दस्यो बाई जी। मेरा नाम मनदीप सिंह बराड़ है जी। ए सिलर बाई जी एचके आर नवे लेके आंदे आ, नवे आए सीगे मार्केट च लॉन्च होए आ। एक तो इन्हों का बेनीफिट यह है जी, पांच हल चलते एक पाड़े च। दूजा बेनीफिट यह है जी, दूजे सिलर जिवें 15 हल वाले आंदे आ पर उन्हां दे की इत्थे पूरा हल हुंदा, इधर भी इत्थे तिकर हुंदा। ਉਹ ਕੀ ਆ, ਬੂਟੇ ਨੂੰ ਜਦੋਂ ਨਰਮਾ ਵੱਡਾ ਹੋ ਜਾਂਦਾ ਹੈ ਤਾਂ ਬੂਟਾ ਐਵੇਂ ਪੀੜਾ ਕਰਕੇ ਟੱਪਦਾ, ਬੂਟੇ ਦਾ ਫਲ ਝਾੜ ਦਿੰਦੇ ਹੈ ਨਾ, ਫਲ ਝਾੜ ਦਿੰਦੇ ਆ। ਇਹਦੇ ਆ ਗੈਪ ਜ਼ਿਆਦੇ ਆ ਜੀ। ਠੀਕ ਹੈ, ਇਹ ਥੱਲੇ ਥੱਲੇ ਰਹਿੰਦੀ ਹੈ, ਜੜਾਂ ਕੋਲੇ ਰਹਿ ਜਾਂਦੀ ਹੈ, ਤਰਪਾਲੀਆਂ ਹੋ ਗਈਆਂ ਇਹ। ਤਰਪਾਲੀਆਂ ਹੋ ਗਈਆਂ। ਠੀਕ ਹੈ, ਜੇ ਆਪਾਂ ਤਰਪਾਲੀਆਂ ਲੈ ਕੇ ਆਉਣਾ ਤਾਂ ਉਹਨਾਂ ਵਾਸਤੇ 3 ਬੰਦੇ ਚਾਹੀਦੇ ਆ। ਸਹੀ ਹੈ, ਲੇਬਰ ਦੀ ਅੱਗੇ ਬਹੁਤ ਦਿੱਕਤ ਹੈ ਜੀ, 1000-1200 ਰੁਪਏ ਤਾਂ ਦਿਹਾੜੀ ਪੈ ਗਈ। ਹਾਂ, ਤਾਂ ਦੂਜਾ ਨੰਬਰ ਇਹ ਹੈ ਜੀ, ਇਹ ਉੱਚੇ ਬਹੁਤ ਚੱਕੇ ਜਾਂਦੇ ਜ਼ਮੀਨ ਨਾਲੋਂ ਵੱਡੇ ਨਰਮੇ 'ਚ। ਜਦੋਂ ਆਪਾਂ ਠੀਕ ਹੈ ਦੇ ਲਿਫਟ ਚੱਕਦੇ ਹਾਂ ਤਾਂ ਉੱਚੇ, ਦੂਜੇ ਸਿਲਰ ਆਮ ਸਿਲਰਾਂ ਨਾਲੋਂ ਜ਼ਿਆਦਾ ਉੱਚੇ ਚੱਕੇ ਜਾਂਦੇ ਆ। ਹਾਂ, ਲਗਭਗ 1.5 ਫੁੱਟ ਚੱਕੇ ਹੋਏ ਹੁਣ ਵੀ, ਅਗਲਾ ਹਲ ਵੀ ਦੇਖੀਏ ਤਾਂ ਆਪਾਂ 1 ਫੁੱਟ ਚੱਕਿਆ ਹੋਇਆ ਹੈਗਾ। ਹਾਂਜੀ, ਇਹਨਾਂ ਦਾ ਬੈਨੀਫਿਟ ਹੈ ਜੀ, ਜਿਵੇਂ ਦੂਜੇ ਆਮ ਸਿਲਰ ਹੁੰਦੇ ਆ ਉਹ ਆਪਾਂ ਖੁੱਲੇ ਕਰਨੇ ਆ ਤਾਂ 1 ਇੰਚ ਉਧਰਲਾ ਹਲ ਖੁੱਲਾ ਹੁੰਦਾ, 1 ਇੰਚ ਇਧਰਲਾ ਹਲ ਖੁੱਲਾ ਹੁੰਦਾ। ਸਹੀ ਹੈ, ਇਹਨਾਂ ਨੂੰ ਆਪਾਂ ਕੀ ਆ ਜਿੱਥੇ ਮਰਜ਼ੀ ਐਡਜਸਟਮੈਂਟ ਕਰ ਸਕਦੇ ਆ ਆਪਾਂ ਆ ਹੈਂਡਲ ਦੇ ਮਦਦ ਨਾਲ। ਐਵੇਂ ਹਲ ਚੌੜਾ ਹੋ ਜਾਂਦਾ ਜਿੰਨਾ ਮਰਜ਼ੀ ਆਪਾਂ ਚੌੜੇ ਕਰ ਸਕਦੇ ਆ। ਠੀਕ ਹੈ, ਐਵੇਂ ਆਪਾਂ ਜਿੰਨਾ ਮਰਜ਼ੀ ਨੂੰ ਪੀੜਾ ਕਰ ਸਕਦੇ ਆ, ਜਿੰਨਾ ਆਪਣਾ ਪਾੜਾ ਖੁੱਲਾ ਹੈ ਆਪਾਂ ਪੀੜ ਚੌੜਾ ਪੀੜਾ ਪਾੜਾ ਕਰਨਾ ਹੈ ਉਹਨਾਂ ਆਪਾਂ ਕਰ ਸਕਦੇ ਆ। ਜਿਵੇਂ ਆਪਾਂ ਆਮ ਨਾ ਰਕਾਬਾਂ ਵਾਲੇ ਸੀਲਰ ਜਿਹੜੇ ਬਣਾਉਂਦੇ ਹੁੰਦੇ ਸੀ ਹੈ ਨਾ, ਹੁਣ ਨਵੇਂ ਬਣ ਲੱਗੇ ਸੀਗੇ ਵੀ ਚੌੜਾ ਪੀੜਾ ਕਰਨ ਚ ਦਿੱਕਤ ਨਾ ਆਵੇ, ਤੇ ਉਹਦੇ ਨਾਲ ਵੀ ਸੌਖਾ ਹੈ, ਕੋਈ ਚਾਬੀ ਪਾਣਾ ਚੱਕਣ ਦੀ ਲੋੜ ਹੀ ਨਹੀਂ, ਦੀ ਜ਼ਰੂਰਤ ਹੀ ਨਹੀਂ ਜੀ, ਚਾਬੀ ਪਾਣੇ ਦੀ ਲੋੜ ਹੀ ਨਹੀਂ। ਆਪਾਂ ਸੂਤ ਦੋ ਸੂਤ ਜਿੰਨਾ ਮਰਜ਼ੀ ਕਰ ਸਕਦੇ ਆ। ਇਸ ਚੀਜ਼ ਦੀ ਫੁੱਲ 5 ਸਾਲਾਂ ਦੀ ਇਸ ਦੀ ਵਾਰੰਟੀ ਦਿੱਤੀ ਵੀ ਹੈ। ਠੀਕ ਹੈ, ਕੋਈ ਵੀ ਦਿੱਕਤ ਨਹੀਂ ਆਉਂਦੀ। ਹਾਂਜੀ, ਕਿੰਨਾਂ ਦਾ ਬੈਨੀਫਿਟ ਇਹ ਹੈ ਜੀ, ਜਿਵੇਂ ਆਪਣੇ ਆਮ ਸਾਦੇ ਸਿਲਰ ਹੁੰਦੇ ਆ ਉਹ ਜਿੰਨੀਆਂ ਉਹਦੀ ਲੈਂਥ ਦਿੱਤੀ ਹੁੰਦੀ ਹੈ ਉਹਨੇ ਹੀ ਉੱਚੇ ਰਹਿੰਦੇ ਆ, ਧਰਤੀ ਤੋਂ ਲੈ ਕੇ ਫਰੇਮ ਉਹਨਾਂ ਹੀ ਉੱਚਾ ਰਹਿੰਦਾ। ਜਿਵੇਂ ਵੱਡੇ ਨਰਮੇ 'ਚ ਫੇਰਦੇ ਹਾਂ ਤਾਂ ਉਹ ਆਪਾਂ ਉੱਚੇ ਨਹੀਂ ਚੱਕ ਸਕਦੇ। ਇਹਨਾਂ ਦਾ ਫਾਇਦਾ ਇਹ ਹੈ ਜੀ, ਇੱਥੋਂ 1.5 ਫੁੱਟ ਦੇ ਕਰੀਬ ਇਹ ਹਲ ਥੱਲੇ ਰਹਿ ਜਾਂਦੇ ਨੇ, ਆ ਉੱਪਰ ਫਰੇਮ ਉੱਚਾ ਹੋ ਜਾਂਦਾ। ਠੀਕ ਆ, ਪੈਪ ਜਿਵੇਂ ਇੱਥੋਂ ਤਾਂ ਹੀ ਹੈ। ਹਾਂਜੀ, ਇੱਕ ਗਿੱਠ ਪੈਪ ਇਹ ਥੱਲੇ ਨਿਕਲ ਜੂਗੀ। ਹਾਂਜੀ, ਤੇ ਇੱਕ ਗਿੱਠ ਨੀਵਾਂ ਹੋਰ ਇਹਨੂੰ ਕਰ ਸਕਦੇ ਆ, ਲੈਂਥ ਇਹਦੀ ਵਧਾ ਸਕਦੇ ਆ, ਉੱਚੇ ਨਰਮੇ 'ਚ ਨੁਕਸਾਨ ਨਹੀਂ ਹੁੰਦਾ। ਇੱਕ ਜੀ ਜਿਵੇਂ ਹੁਣ ਤਾਂ 3 ਪਾੜਿਆਂ ਵਾਲੇ ਹੈਗੇ ਆ, ਜਿਵੇਂ ਆਪਾਂ 2 ਪਾੜਿਆਂ ਵਾਲਾ ਨਰਮਾ ਚੌੜਾ ਬੀਜਿਆ ਹੁੰਦਾ ਤਾਂ ਉਹਦੇ ਵਾਸਤੇ ਇੱਥੋਂ ਇਸ ਸੁਰਾਖ ਦਿੱਤੇ ਹੋਏ ਐਡਜਸਟਮੈਂਟ ਵਾਸਤੇ, ਤਾਂ ਇਹ ਹੋਰ ਚੌੜੇ ਹੋ ਜਾਂਦੇ ਆ। ਹਾਲੇ ਦੇ ਵਿੱਚ 5 ਹੈ ਤਾਂ ਜਗ੍ਹਾ ਰਹਿਣ ਦੀ ਕੋਈ ਗੁੰਜਾਇਸ਼ ਹੀ ਨਹੀਂ ਗੀ, ਬਾਕੀ ਅੱਗੇ ਖੁਰਪੇ ਵੀ ਵੱਡੇ ਲੱਗ ਜਾਂਦੇ, ਪਿੱਛੇ ਤਾਂ ਵੱਡਾ ਫਾਲਾ ਦਿੱਤਾ ਹੀ ਉਹਨਾਂ ਨੇ, ਛੋਟੇ ਵੀ ਹੈਗੇ ਆ। ਠੀਕ ਹੈ, ਜਿਵੇਂ 3 ਪਾੜਿਆਂ ਵਾਲਾ ਨਰਮਾ ਉਹਦੇ ਵਾਸਤੇ ਆਪਾਂ ਇਹਨੂੰ ਚੜਾਈ ਵਧਾ ਸਕਦੇ ਹਾਂ। ਹਾਂਜੀ, ਠੀਕ ਹੈ, ਤੇ ਜਿਵੇਂ 4 ਪਾੜਿਆਂ ਵਾਲਾ ਨਰਮਾ ਉਸ ਵਾਸਤੇ ਇੱਥੇ ਸਹੀ ਸੈਟਿੰਗ ਹੈਗੀ ਆ ਉਹਨਾਂ ਦੀ। ਠੀਕ ਹੈ, ਫਰੇਮ ਪੈਪ ਦਾ ਜੇ ਤਾਂ ਫਰੇਮ ਪੈਪ ਦਾ ਜੀ, ਕਿਤੋਂ ਇਹਦੇ ਵਿੱਚ ਪਾਣੀ ਨਹੀਂ ਵੜਦਾ, ਸਰਾਖ ਹੀ ਹੈਣੀ, ਸਰਾਖ ਹੈਣੀ ਆ ਜੀ ਇਹਦੇ ਵਿੱਚ, ਠੀਕ ਪਾਣੀ ਹੈ, ਵੜਨ ਦਾ ਨਹੀਂ ਤਾਂ ਇਹ ਗਲਣ ਦੀ ਗੁੰਜਾਇਸ਼ ਜਮਾਂ ਹੀ ਹੈ ਨਹੀਂ ਜੀ। ਠੀਕ ਹੈ, ਜਿੱਥੇ ਮਰਜ਼ੀ ਐਡਜਸਟ ਕਰ ਸਕਦੇ ਰਕਾਬਾਂ ਹੈਗੀਆਂ। ਹਾਂਜੀ, ਇਹਨੂੰ ਮੰਨ ਲਓ ਆਪਾਂ 1 ਹਲ ਜਿਵੇਂ ਅੱਗੇ ਪਿੱਛੇ ਕਰਨਾ ਤਾਂ ਬਸ 4 ਨਟ ਪਿੱਛੋਂ ਖੁੱਲਣੇ ਤੇ 4 ਹੀ ਅੱਗੋਂ ਖੁੱਲਣੇ, ਹਲ ਉੱਤਰ ਵੀ ਜਾਂਦਾ ਤੇ ਅੱਗੇ ਪਿੱਛੇ ਵੀ ਹੋ ਜਾਂਦਾ। ਠੀਕ ਹੈ ਜੀ, ਇੱਕ ਇੱਧਰ ਇਹਦੇ ਜੋੜਨ ਵਾਸਤੇ ਕਿੱਲੀਆਂ ਦਿੱਤੀਆਂ ਹੋਈਆਂ, ਇਹ ਜਿਵੇਂ ਟਰੈਕਟਰ ਲਿਫਟ ਹੋਰ ਆਪਾਂ ਚੁਕਾਉਣੀ ਆ ਉੱਚੇ ਜ਼ਿਆਦਾ ਚੱਕਣਾ ਚਾਹੁੰਦੇ ਹਾਂ ਜਦੋਂ ਮੱਥੇ ਤੇ ਮੋੜਨ ਖਾਤਰ, ਤਾਂ ਇਹ ਥੱਲੇ ਕਿੱਲੀ 'ਚ ਲਿੰਕ ਥੱਲੇ ਵਾਲੀ 'ਚ ਪਾ ਲਓ ਤਾਂ ਇਹ ਹੋਰ 2 ਇੰਚ ਦਾ ਫਰਕ ਪੈ ਗਿਆ। ਹਾਂ, ਪਿੱਛੋਂ 1.5 ਫੁੱਟ ਦਾ ਫਰਕ ਪੈ ਗਿਆ, ਉੱਤੋਂ ਟਾਪ ਲਿੰਕ ਕੋਲੋਂ ਵੀ ਡਬਲ ਸਰਾਖ ਦੇਤਾ। ਟਾਪ ਲਿੰਕ ਕੋਲੋਂ ਵੀ ਡਬਲ ਸਰਾਖ ਦਿੱਤਾ। ਠੀਕ ਹੈ, ਵਜਨ ਕਿੰਨਾ ਹੈ ਇਹਨਾਂ ਦਾ? ਇਹਨਾਂ ਦੀ 2 ਕੁਇੰਟਲ ਤੇ 75 ਕਿਲੋ ਵਜਨ ਹੈ। ਠੀਕ ਹੈ, ਲੱਗਣ ਵਾਲੀ ਵੀ ਹੈ ਜੀ, ਕੋਈ ਦਿੱਕਤ ਨਹੀਂ, ਵੀ ਹਲਕੇ ਹੈ। ਹਾਂ, ਦੂਜਾ ਨੰਬਰ ਇਹ ਹੈ ਜੀ, ਇਹਨਾਂ ਦਾ ਹਲ ਰਿੰਗਾ ਹੋਣ ਦਾ ਕੋਈ ਚਾਂਸ ਨਹੀਂ ਗਾ। ਆ ਜਿਵੇਂ ਹਲ ਇਦਾਂ ਨੇ ਚੜਦੇ ਸਾਰ ਅਗਲਾ ਨਟ ਟੁੱਟ ਜਾਂਦਾ। ਠੀਕ ਹੈ, ਇਹ ਸੰਗਰੀ ਵਾਲੇ ਜਿਹੜੇ ਸੰਦ ਆ ਉਹਨਾਂ ਦੀ ਸਾਰਿਆਂ ਦੀ ਖੂਬੀ ਹੈ ਇਹ। ਹਾਂਜੀ, ਚਾਹੇ ਕਲਟੀਵੇਟਰ ਲੈ ਲਓ, ਜਿਹੜਾ ਮਰਜ਼ੀ ਇੰਪਲੀਮੈਂਟ ਲੈ ਲਓ, ਇਹ ਇਕੱਲੇ ਕਰਤਾਰ ਵਾਲੇ ਹੀ ਬਣਾਉਂਦੇ ਆ ਜੀ। ਅੱਛਾ, ਇਹ ਬਣਾਏ ਕਿੱਥੋਂ ਆ, ਸੰਗਰੀ ਤੋਂ ਬਣੇ? ਸੰਗਰੀ ਤੋਂ, ਕਰਤਾਰ ਵਾਲਿਆਂ ਦਾ
ਟਿੱਬੀ ਅੱਡੇ ਤੇ ਵਰਕਸ਼ਾਪ ਉਹਨਾਂ ਦੀ। ਅੱਛਾ, ਉਹਨਾਂ ਕੋਲੇ ਕੱਲਿਆਂ ਕੋਲੇ ਹੀ ਬਣਦੇ ਆ ਇਹ, ਹੋਰ ਸੰਗਰੀਏ ਮਾਰਕੀਟ 'ਚ ਨਹੀਂ ਮਿਲਦੇ। ਠੀਕ ਹੈ, ਸੰਗਰੀਏ ਸੰਤ ਤਾਂ ਬਹੁਤ ਬਣਾਉਂਦੇ, ਕੋਈ ਨਹੀਂ ਬਣਾਉਂਦਾ? ਹੋਰ ਨਹੀਂ ਬਣਾਉਂਦਾ, ਇੱਕ ਹੀ ਮਾਰਕੀਟ ਸ਼ੌਪ ਤੇ ਮਿਲਦੇ ਆ, ਹੋਰ ਨਹੀਂ ਮਿਲਦੇ ਕਿਸੇ। ਠੀਕ ਹੈ, ਤੇ ਇਹ ਕਿੰਨੇ 'ਚ ਬਣੇ ਆ? ਇਹ 38,000 'ਚ ਬਣੇ। ਇਹ ਆਪਾਂ ਇਸ ਸੀਜ਼ਨ 'ਚ ਹੀ ਬਣਾਏ ਆ ਨਾ? ਹਾਂ, ਇਸ ਸੀਜ਼ਨ 'ਚ ਬਣਾਏ। ਠੀਕ ਹੈ, ਆਮ ਚੀਜ਼ ਲੱਗੀ ਜੇ ਲੈਣ, ਸਾਡੇ ਚਿੱਲਰ ਗਏ ਸੀ ਉੱਥੇ ਜਾ ਕੇ, ਜਦੋਂ ਦੇਖੇ ਇਹ ਚੀਜ਼ ਨਵੀਂ ਆਈ ਵੀ ਆ, ਤਾਂ ਬਸ ਤਰਪਾਲੀਆਂ ਦੀ ਜਾਂ ਸੀਲਰਾਂ ਦੀ ਮਤਲਬ ਲੋੜ ਪੂਰੀ, ਦੋਨਾਂ ਚੀਜ਼ਾਂ ਦੀ ਪੂਰੀ ਕਰਦੇ ਆ। ਇੱਕ ਥੋੜਾ ਨਰਮਾ ਘੱਟ ਤੋੜਦੇ ਆ। ਹਾਂ, ਆਮ ਮੇਨ ਤਾਂ ਗੱਲ ਇਹ ਹੈ ਵੀ ਪਹਿਲਾਂ ਤਾਂ ਚੱਲ ਜਾਂਦੇ ਸੀਲਰ ਵੀ, ਇਸ ਸਮੇਂ ਜਦੋਂ ਨਰਮਾ ਫਲਤੇ ਹੁੰਦਾ ਹੈ, ਹਾਂਜੀ, ਉਦੋਂ ਆ ਸਭ ਤੋਂ ਵਧੀਆ ਕੰਮ ਦਿੰਦੀ ਹੈ। ਉਸ ਟਾਈਮ ਕੀ ਹੈ, ਤਰਪਾਲੀਆਂ ਫੇਰਨ ਵੇਲੇ ਨਰਮਾ ਬਹੁਤ ਵੱਡਾ ਹੁੰਦਾ ਹੈ, ਜੇ ਆਪਾਂ ਮਜ਼ਦੂਰ ਲੇਬਰ ਲੈ ਕੇ ਵੀ ਆਉਣੇ ਆ ਤਾਂ ਉਹ ਨਰਮਾ ਵੱਡਾ ਹੁੰਦੇ ਕਰਕੇ ਬਹੁਤ ਔਖੀਆਂ ਫਿਰਦੀਆਂ। ਮੋੜ ਤੇ ਜਿਹੜਾ ਬਾਹਰਲਾ ਬੰਦਾ ਉਹ ਤੰਗ ਬਹੁਤ ਹੁੰਦਾ, ਚੱਕਣੀਆਂ ਔਖੀਆਂ ਪੈਂਦੀਆਂ, ਨੀਵਾਂ ਕਰਕੇ ਫਾਲਾ ਪੈਰ ਤੇ ਵੱਜ ਜਾਂਦਾ, ਇਹਨਾਂ ਦੀ ਉਹ ਸਮੱਸਿਆ ਖਤਮ ਹੈ ਜੀ। ਚਾਹੇ ਇਹਨੂੰ ਚੌੜੇ ਕਰੋ ਚਾਹੇ ਉੱਚੇ ਕਰੋ ਚਾਹੇ ਨੀਵੇਂ ਕਰੋ, ਜਿਵੇਂ ਵੱਡੇ ਨਰਮੇ 'ਚ ਫੇਰਨੇ ਆ ਤਾਂ ਐਵੇਂ ਲੱਗਦਾ ਵੀ ਨਰਮੇ ਵੀ ਪਿਛਲੇ ਟੱਪੇ ਨਹੀਂ ਹੈ, ਟਰੈਕਟਰ ਦਾ ਹੀ ਪਤਾ ਲੱਗਦਾ। ਤੇ ਇਹਦੇ ਫਾਲੇ ਆਹੀ ਲੈਂਦੇ ਆ ਕਲਟੀਵੇਟਰ ਵਾਲੇ? ਹਾਂ, ਅੱਗੇ ਕਲਟੀਵੇਟਰ ਵਾਲੇ ਪਾ ਸਕਦੇ ਆ ਆਪਾਂ, ਦੂਜੇ ਵੀ ਪਾ ਸਕਦੇ ਆ। ਠੀਕ ਹੈ, ਪਿੱਛੇ ਇਹਦੇ ਦੋ ਆਪਸ਼ਨ ਹੈ, ਨਾਲ ਇਹਦੇ ਦੂਜੇ ਵੀ ਪਏ ਆ, ਬਾਕੀ ਵੱਡੇ ਹੁਣ ਵੱਡਾ ਨਰਮਾ ਨਾ ਖਾਲੀਆਂ ਪਾਉਣ ਵਾਸਤੇ ਥੋੜੇ ਜਿਹੇ ਫਾਲੇ ਪਾਏ ਦੇ ਆ। ਠੀਕ ਹੈ, ਇੱਕ ਖੂਬੀ ਇਹਨਾਂ 'ਚ ਇਹ ਹੈ ਜੀ, ਜਿਵੇਂ ਆਪਣੇ ਦੂਜੇ ਆਮ ਸੀਲਰ ਹੁੰਦੇ ਆ ਉਹਨਾਂ ਦਾ ਫਰੇਮ, ਜਿਵੇਂ ਹੁਣ ਆਇਆ ਔੜੇ 'ਚ ਜਾ ਪਾੜੇ 'ਚ ਜਾ ਰਿਹਾ ਸੀਲਰ, ਇੱਧਰ ਨਾਲ ਨਰਮੇ ਦਾ ਔੜਾ ਆ ਗਿਆ। ਅੱਛਾ, ਤਾਂ ਉਹ ਗਿੱਠ ਬਾਹਰ ਹੁੰਦੇ ਆ। ਠੀਕ ਹੈ, ਇੱਕ ਗਿੱਠ ਬਾਹਰ ਹੁੰਦੇ ਆ, ਤਾਂ ਉਹ ਦੂਜਾ ਜਿਹੜਾ ਨਾਲ ਲਾਉੜਾ ਹੁੰਦਾ, ਆਪਾਂ ਐਵੇਂ ਟਰੈਕਟਰ ਲੈ ਗਏ ਇਸ ਪਾੜੇ 'ਚ, ਤਾਂ ਉਦੋਂ ਐਵੇਂ ਕਰਦਾ ਜਾਂਦਾ ਉਹ ਨਰਮੇ ਨੂੰ, ਦੂਜੇ ਜਿਹੜੇ ਆਪਾਂ ਮੋੜ ਕੇ ਉੱਧਰ ਐਵੇਂ ਲਿਆਉਂਦਾ ਤਾਂ ਉਹ ਪਾੜੇ ਗੁੱਟਿਆ ਨਰਮਿਆਂ ਨੂੰ ਦੂਜੇ ਪਾਸੇ ਛੱਡਦਾ ਹੁੰਦਾ। ਉਹ ਬਹੁਤ ਫਾਇਦਾ ਜੀ ਇਸ ਚੀਜ਼ ਦਾ, ਇਹ ਚੀਜ਼ ਬਾਹਰ ਵੱਧਵੀਂ ਹੈ ਨਹੀਂ, ਜਮਾਂ ਹੀ ਇੱਕ ਉਂਗਲ ਬਾਹਰ ਹੈ, ਰਹਿ ਜਾਂਦੀ ਹੈ। ਇਹਦੇ ਤੁਸੀਂ ਰੇਹ ਦਾ ਟਾਪਾ ਵੀ ਲਵਾ ਸਕਦੇ ਸੀ, ਇਹਦੇ ਲੱਗਦਾ ਨੀਗਾ? ਨਹੀਂ ਜੀ, ਰੇਹ ਵਾਲਾ ਟਾਪਾ ਲੱਗਦਾ ਜੀ, ਸਾਨੂੰ ਇੰਨੀ ਜ਼ਰੂਰਤ ਨਹੀਂ ਸੀ ਰੇਹ ਵਾਲੇ ਟਾਪੇ ਦੀ। ਅੱਛਾ, ਜੇ ਆਪਾਂ ਲਵਾਉਣਾ ਹੋਵੇ ਤਾਂ ਕਿੰਨਾ ਖਰਚਾ ਆਉਂਦਾ ਉਹਦਾ? ਇਹਦਾ ਜੀ 15-16,000, 17,000 ਰੁਪਇਆ ਆਉਂਦਾ, ਚਾਹੇ ਪਿਸਤੌਲਾਂ ਵਾਲਾ ਲਵਾ ਲਓ ਚਾਹੇ ਦੂਜਾ ਫਰਨੀਆਂ ਵਾਲਾ ਲਵਾ ਲਓ, ਜਿੰਨਾ ਕਾਮ ਸੀਲਰਾਂ ਦੇ ਆਉਂਦਾ ਉਨਾ ਖਰਚਾ ਹੀ ਆਉਂਦਾ। ਠੀਕ ਹੈ, ਦੂਜਾ ਨੰਬਰ ਇਹ ਹੈ ਜੀ ਕਿ ਨਵੇਂ ਲਿਆਉਂਦੇ ਕਰਕੇ, ਬਾਕੀ ਜਦੋਂ ਆਪਾਂ ਸੀਲਰ ਚੱਲਦੇ ਵੇਹਣੇ ਜਾਂ ਫੇਰਦੇ ਹਾਂ ਨਰਮੇ 'ਚ, ਤਾਂ ਜ਼ਿਮੀਂਦਾਰ ਆ ਕੇ ਭਰਾ ਵੇਹਦੇ ਨਵੀਂ ਚੀਜ਼ ਆਈ ਦੇਖ ਕੇ, ਤਾਂ ਲੋਕਾਂ ਜਿਹਨਾਂ ਕੋਲ ਦੂਜੇ ਸਾਦੇ ਸੀਲਰ ਆਪਦੇ ਟਰੈਕਟਰ, ਉਹ ਵੀ ਇਹ ਮੇਰੇ ਟਰੈਕਟਰ ਨਾਲ ਜਾ ਕੇ ਫੇਰਦੇ ਰਹੇ ਆ। ਅੱਛਾ, ਯਾਨੀ ਕਿ ਜੇ ਛੋਟਾ ਜ਼ਿਮੀਂਦਾਰ ਇਹਨਾਂ ਨੂੰ ਬਣਾਉਣਾ ਚਾਹੁੰਦਾ ਹੈ ਤਾਂ ਸੋਚੇ ਵੀ ਮੇਰਾ ਕੰਮ ਥੋੜ੍ਹਾ ਤਾਂ ਕਿਰਾਏ ਤੇ ਚਲਾ ਸਕਦਾ ਇਹਨਾਂ ਨੂੰ। ਠੀਕ ਹੈ, ਬਾਣ ਜ਼ਿਆਦਾ ਵਧੀਆ ਬਣਾਉਂਦੇ ਆ, ਇਸ ਕਰਕੇ ਕਿਰਾਏ ਤੇ ਲੈ ਜਾਂਦੇ, ਚਾਹੇ ਜ਼ਿਆਦਾ ਵਧੀਆ ਬਣਦਾ, ਕਿਰਾਏ ਤੇ ਸੀਲਰ ਵੀ ਲੈ ਜਾਂਦੇ ਆ, ਸਣੇ ਟਰੈਕਟਰ ਵੀ ਲੈ ਜਾਂਦੇ, ਮਤਲਬ 2 ਰੁਪਏ ਕਮਾਈ ਦਾ ਸਾਧਨ ਹੈਗਾ। ਇਹ ਨਹੀਂ ਕਿ ਆਪਾਂ 40,000 ਰੁਪਇਆ ਜੇ ਲਾਤਾ ਤਾਂ ਐਂਡ ਹੈ ਆਪਦੇ ਕੰਮ। ਸੀਜ਼ਨ ਚਲੋ ਇੱਕ ਪਰ ਸਾਲ 'ਚ, ਪਰ ਜਿੰਨਾ ਚਿਰ ਹੈ ਸੀਜ਼ਨ ਪੂਰਾ ਹੀ ਰਹਿੰਦਾ, ਕੋਈ ਆਪਾਂ 5-10,000 ਰੁਪਇਆ ਕਮਾਈ ਕਰ ਸਕਦੇ, ਜਿੰਨੀ ਕਿ ਇਹਦੀ ਕੀਮਤ ਘਟੂਗੀ। ਉਨੀ ਜਿੰਨੀ ਕਿ ਇਹਦੀ ਕੀਮਤ ਵੱਧਦਾ ਜੀ, ਉਨੀ ਇੱਕ ਸੀਜ਼ਨ ਦੇ ਵਿੱਚ ਆਪੇ ਪੂਰੇ ਕਰ ਲੈਂਦੇ ਆ ਆਪਦੀ। ਠੀਕ ਹੈ, ਬਹੁਤ ਵਧੀਆ ਲੱਗਿਆ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ। ਹੋਰ ਕੋਈ ਕਿਸਾਨਾਂ ਨੂੰ ਸੁਨੇਹਾ ਦੇਣਾ ਚਾਹੋਗੇ? ਬਸ ਇਹੀ ਹੈ ਜੀ, ਇਹ ਚੀਜ਼ ਬਹੁਤ ਵਧੀਆ ਹੈ, ਨਵੀਂ ਆਈ ਵੀ ਹੈ। ਕਿਸਾਨ ਭਰਾ ਨੇ ਜਦੋਂ ਸੰਦ ਬਣਾਉਣਾ ਹੁੰਦਾ, ਬਹੁਤ ਔਖਾ ਪੈਸਾ ਬਣਦਾ ਜੀ, ਤਾਂ ਸੋਚ ਸਮਝ ਕੇ ਪੈਸਾ ਵਰਤੋਂ ਕਰੇ, ਸਾਦੇ ਸੀਲਰਾਂ ਨਾਲੋਂ ਇਹ ਬਹੁਤ ਵਧੀਆ ਚੀਜ਼ ਹੈ। ਇਹੀ ਸਲਾਹ ਦੇਊਂਗਾ ਜੀ, ਨਵੀਂ ਚੀਜ਼ ਆਈ ਵੀ ਹੈ, ਇਹ ਬਣਾਉਣ ਕਿਸਾਨ ਵੀਰਾਂ ਵਾਸਤੇ ਬਹੁਤ ਫਾਇਦੇਮੰਦ ਹੈ, ਲੇਬਰ ਦਾ ਬਹੁਤ ਕੰਮ ਬਚਤ ਹੁੰਦੀ ਹੈ, ਜੇ ਆਪਾਂ ਕਸੀਏ ਨਾਲ ਟਾਪੇ ਮਾਰਨੇ ਆ ਤਾਂ ਵੀ ਜਿੱਥੇ ਆਪਣੇ 1 ਵਿਘੇ 'ਚ 2 ਦਿਨ ਲੱਗਣੇ ਆ ਤਾਂ ਉੱਥੇ 1 ਦਿਨ ਹੀ ਲੱਗਦਾ ਇਸ ਨਾਲ। ਤਾਂ ਦੂਜਾ ਨੰਬਰ ਜੀ, ਤਰਪਾਲੀਆਂ ਨਾਲੋਂ ਬੈਸਟ, ਬਹੁਤ ਵਧੀਆ ਬੈਸਟ ਚੀਜ਼ ਹੈ। ਧੰਨਵਾਦ।